बिस्मिल्लाहिर्रहमानिर्रहीम, अस्सलाम अलैकुम। मैं आपका वीर दोस्त गुलाम मुर्तजा पट्टी, तुम देख रहे मुर्तजा टीवी। मेरे चैनल को सबसक्राइब करो, नाल एक बैल का बटन भी ओके करो, क्योंकि हर वीडियो मेरे वीर दोस्तों जल्दी जल्दी पहुँच सके। दोस्तों की कोशिश करी दी है अच्छे जानवर लैके आइए और खूबसूरत लैके आइए। भाई माशाल्लाह दोस्तों ली चार पाँच वैडा लैके आए हैं, माशाल्लाह बड़िया खूबसूरत ने। पसंद आवे शेयर लाइक लाजमी करना। तुम्हें दिखा रहा मेरा कैमरामैन माशाल्लाह, तो इंशाल्लाह ताला खूबसूरत वैडा ने। वैड नंबर एक तो शुरू करने हैं। ए वैड नंबर एक है जी, माशाल्लाह बड़ी खूबसूरत है, काला थान लगे, चंगी वैड है। छड़ जा रहे हैं थब्बिया के वाने, इन्होंने कहते हैं थब्बिया ने। माशाल्लाह देखो थब्बिया का वाना वैड को, चंगा काला थान गब्बन वैड है। अजय मालक तो पुछांगे किन्ने दिन लै जाएगी। बड़ी माशाल्लाह खूबसूरत है, कद कुद चंगा है, माशाल्लाह थान चंगा लगे है। माशाल्लाह माशाल्लाह एक मिनट आने चाहिए दोस्तों। अज थोड़ा वीर दोस्त लैके आया, अच्छे जानवर ने, चार पाँच जानवर ने लाया। कोनी है माशाल्लाह बड़ी खूबसूरत है, चंगिया वंडा ने, चंगा चड्डा है माशाल्लाह। तुरै नहीं जाता गां तो चड्डा ला के, माशाल्लाह देखो थब्बिया का चड्डा। वैल नंबर एक है, वैल नंबर दो शुरू करने हैं जी। लियाओ जी दूसरी अनुका अनु, वैल नंबर दो जी माशाल्लाह। कद देख लो अजय वैड माशाल्लाह, अजय देखो किन्ने दिन लै जाती, मालक तो पुछांगे। सील सुख वैड है माशाल्लाह, वाना सोहना है, अजय वाना इन्हें बड़ा बनाना है। चल आयो डर भी, वैड नंबर दो है जी। हाँ जी वैल नंबर तीन कड़ी, वैल नंबर तीन खोलो जी। ए जी वैल नंबर तीन है, माशाल्लाह वाना वेखो थब्बिया का, दूसरा रिकॉर्ड मालक तो पुछांगे। जर्सी सही वाल क्रास है जी माशाल्लाह। चल आयो जी, हाँ जी वैल नंबर चार खोलो। हाँ जी वैल नंबर चार आ गई पूरी डेयरी दोस्तों, किसी ने पसंद आए लै सकता है। दस ने वैल नंबर चार है जी, माशाल्लाह माशाल्लाह। चल आया हो वैल नंबर पांच खोलो जी, कर लेंगे सर। अब वैल नंबर पांच है जी, माशाल्लाह कद चंगा
ਵਾਨਾ ਚੰਗਾ ਕਾਲੇ ਦੋਸਤੋ, ਇਨਸ਼ਾਅੱਲਾ ਤੁਹਾਡਾ ਵੀਰ ਪੂਰੀਆਂ ਤਸੱਲੀਆਂ ਕਰਾਵੇਗਾ। ਚੱਲ ਆਇਓ ਜੀ, ਵੈਲ ਨੰਬਰ 5 ਜੀ, ਕਾਲਾ ਥਾਨ ਲੱਗਿਆ ਜੀ, ਖੂਬਸੂਰਤ। ਚਲੋ ਬੰਦ ਆਓ ਜੀ, ਇੱਦਾਂ ਮੈਨੂੰ ਇੱਕ ਚਵਾ ਦੇ, ਕਿਹੜੀ ਆਹ ਚਵਾ ਦੇ, ਨਹੀਂ ਅਜੇ ਨਹੀਂ, ਇੱਕ ਮਿੰਟ ਉਰਾ ਇੱਧਰ ਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਵੈਲ ਨੰਬਰ 1 ਗੱਬਨ ਹੈ ਕਿਹੜੀ? ਹਾਂਜੀ ਹਾਂਜੀ ਹਾਂਜੀ। ਕਿੰਨੇ ਦਿਨ ਲੈਂਦੀ ਹੈ ਇਹ ਜੀ? ਅਜੇ ਤਕਰੀਬਨ 8-9 ਦਿਨ ਲੈਂਦੀ ਹੈ ਸਾਡੇ। 8-9 ਦਿਨ ਲੈ ਜੀ। ਹਾਂਜੀ। ਇਹ ਕਿੰਨੇ ਸੂਬੇ? ਇਹ ਦੂਸਰੇ ਸੂਬੇ ਜੀ। ਦੂਸਰੇ ਸੂਬੇ, ਇੰਨੀ ਪਿਆਰ ਨੂੰ ਬੜਾ ਦੀ ਕੀਮਤ ਦੇਖੋ ਜੀ, ਇਹਦਾ ਆਮ ਰੂਟੀਨ ਮੁੱਲ ਤੇ 3 ਲੱਖ ਹੈ, ਲੇਕਿਨ 2-70 ਦੀ ਵੈਟ ਰਹੀ ਜੀ। ਇਹਦੇ ਕੋਈ ਪਿਆਰ ਨੂੰ ਬੱਤ ਹੋ ਜਾਏਗਾ। ਵੈਲ ਨੰਬਰ 2 ਆ ਗਈ। ਹਾਂਜੀ। ਇਹ ਕਿੰਨੇ ਦਿਨ ਲੈਂਦੀ ਹੈ? ਇਹ ਵੈਲ ਲੈਂਦੀ 15 ਦਿਨ ਅਜੇ। 15 ਦਿਨ ਲੈਂਦੀ? ਹਾਂਜੀ 15 ਦਿਨ ਲੈਂਦੀ ਜੀ। ਤੇ ਮੂੰਹ ਚ ਚੌਗੀ, ਮੂੰਹ ਚ ਚੌਗੀ ਸੂਬੇ, ਪਹਿਲਾ ਸੂਬਾ ਜੀ ਇਹਦਾ। ਪਹਿਲਾ ਇਹਦੀ ਡਿਮਾਂਡ ਕੀ ਹੈ? ਇਹਦੀ ਡਿਮਾਂਡ 3.5 ਲੱਖ ਰੁਪਈਆ। ਨਾ ਯਾਰ, ਇਹਦੀ ਕਿਉਂ ਜ਼ਿਆਦੀ ਹੈ? ਇਹਦੀ ਕਿਉਂ ਜ਼ਿਆਦੀ? ਉਹ ਵੈਲ ਵੀ ਤੇ ਵੇਖ ਨਾ, ਫ੍ਰੀਜ਼ਰ ਵੈਲ ਹੈ, ਪਿਓਰ ਵੈਲ ਚੰਗੀ ਤੇਰੀ, ਲੇਕਿਨ ਡਿਮਾਂਡ ਕੋਈ ਜਾਇਜ਼ ਕਰ ਹੈ, ਜਾਇਜ਼ ਕਰ। 3 ਲੱਖ ਹੈ ਜੀ। ਕੋਈ ਪਿਆਰ ਮੁਹੱਬਤ ਤੇ ਕਰ ਦਿਆਂ ਨਿਕਾਲ ਦਿਆਂ। ਵੈਲ ਨੰਬਰ 4 ਆ ਗਈ। ਹਾਂਜੀ, ਇਹ ਜੀ ਆਸਟ੍ਰੇਲੀਆ ਦੀ ਵੈਲ ਹੈ। ਨੇ 4 ਆਇਆ ਸੀ ਕਿ ਆਇਆ ਸੀ? ਇਹ ਸੀ 3 ਨੰਬਰ। ਇਹ 3 ਨੰਬਰ ਇਹ ਜੀ ਜਰਸੀ ਸਾਹੀਵਾਲ ਹੈ। ਹਾਂਜੀ। ਇਹਦੇ ਮਗਰ ਇਹਦੇ ਮਗਰ ਵੱਛੀ ਹੈ ਜੀ। ਵੱਛੀ ਹੈ, ਕਿਹੜੀ ਹੈ? ਉਹ ਅੰਦਰ ਵੱਦੀ ਉਹ ਵੱਛੀ ਵਿਖਾ। ਇਹਦਾ ਦੁੱਧ ਕਿੰਨਾ? ਇਹਦਾ ਦੁੱਧ ਜੀ ਸਾਡੇ ਕੋਲ 22-23 ਲੀਟਰ ਦੁੱਧ ਹੈ ਜੀ ਇਹਦਾ। ਅੱਛਾ। ਇਹਦਾ ਵੱਛੀ ਕਿਹੜੀ ਹੈ? 10ਵਾਂ ਦਿਨ 8ਵਾਂ ਦਿਨ ਸੂਈ ਨੂੰ ਆਇਆ ਵੱਛੀ ਜੀ ਮਗਰ। ਇਹ ਵੱਛੀ ਹੈ, ਮਾਸ਼ਾਅੱਲਾ ਵੱਛੀ ਵੀ ਚੰਗੀ ਮੋਟੀ। ਅੱਛਾ, ਇਹ ਵੈਲ ਨੰਬਰ 3 ਦੀ ਵੱਛੀ ਹੈ ਤੇ ਵੈਲ ਨੰਬਰ 4 ਆ ਗਈ। ਉਹ 4 ਨੰਬਰ ਆਸਟ੍ਰੇਲੀਆ। ਹਾਂਜੀ, ਇਹ 4 ਨੰਬਰ ਉਹਨਾਂ ਦਾ। ਵੈਲ ਨੰਬਰ 3 ਮਗਰ ਕਿੰਨਾ ਦੁੱਧ? 22-23 ਲੀਟਰ। ਉਹਦੀ ਡਿਮਾਂਡ ਕੀ ਹੈ? ਉਹਦੀ ਉਹਦੀ ਡਿਮਾਂਡ ਕੀ? ਉਹਦੀ ਡਿਮਾਂਡ ਜੀ 2,80,000 ਰੁਪਈਆ। ਕੋਈ ਪਿਆਰ ਮੁਹੱਬਤ? ਥੋੜਾ ਬੜਾ ਕਰ ਲਾਂਗੇ, ਥੋੜਾ ਬੜਾ। ਵੈਲ ਨੰਬਰ ਆ ਗਈ 4। ਹਾਂਜੀ, ਇਹ ਜੀ ਦੂਸਰੇ ਸੂਬੇ ਵੈਲ, 19 ਲੀਟਰ ਦੁੱਧ ਇਸ ਟਾਈਮ ਦੇ ਰਹੀ ਹੈ। 4ਵਾਂ ਦਿਨ ਸੂਈ ਨੂੰ, ਮਗਰ ਇਹਦੇ ਵੱਛੀ ਹੈ। ਮਗਰ ਵੱਛੀ? ਹਾਂਜੀ, ਇਹਦੀ ਵੱਛੀ ਵਿਖਾ, ਇਹਦੀ ਵੱਛੀ ਵਿਖਾਣੇ ਦੋਸਤੋ। ਥੋੜੀ ਬੈਠੀ ਪਰ ਠਾਨ ਠਾ, ਜਲਦੀ ਕਰ, ਵੀਡੀਓ ਲੰਮੀ ਹੋ ਗਈ, ਵੀਡੀਓ ਲੰਮੀ ਹੋ ਜਾਣੀ। 4ਵਾਂ ਦਿਨ ਹੋ ਗਿਆ ਸੂਈ ਖਾ ਦੇ। ਹਾਂ ਵੱਛੀ, ਦੋਸਤ ਆਖਣ ਦੇ ਖਰੇ ਠਾ ਕੇ ਵਿਖਾਈ ਨਹੀਂ ਸਾਨੂੰ। ਜੀ 4ਵਾਂ ਦਿਨ। ਅੱਛਾ, ਇਹਦੀ ਡਿਮਾਂਡ ਕੀ ਹੈ? ਇਹਦੀ ਡਿਮਾਂਡ ਕੀ ਹੈ? ਇਹਦੀ ਡਿਮਾਂਡ ਜੀ ਦੁੱਧ ਕਿੰਨਾ ਹੈ? ਦੁੱਧ 19 ਲੀਟਰ ਜੀ ਇਸ ਟਾਈਮ, ਮਤਲਬ 4ਵਾਂ ਦਿਨ ਸੂਈ ਨੇ ਡਿਮਾਂਡ। ਇਹਦੀ ਇਹਦੀ ਡਿਮਾਂਡ ਜੀ 2,70,000 ਰੁਪਈਆ। ਇਹਦੇ ਕੋਈ ਪਿਆਰ ਨਗਰ? ਥੋੜਾ ਬੜਾ ਕਰ ਦਿਆਂ ਦੇ। ਵੈਲ ਨੰਬਰ ਆ ਗਈ ਜੀ। ਵੈਲ ਨੰਬਰ 5 ਆ ਗਈ। ਹਾਂਜੀ, ਇਹ 5 ਹੈ, ਇਹਦੇ ਮਗਰ ਕੀ? ਅੱਛਾ ਜੀ, 3ਵਾਂ ਦਿਨ ਸੂਈ ਨੇ। ਓ ਅੱਛਾ ਜੀ। ਹਾਂਜੀ, 3ਵਾਂ ਦਿਨ ਸੂਈ ਦੇ ਨੂੰ ਦੁੱਧ ਦੁੱਧ ਜੀ 16 ਲੀਟਰ ਇਸ ਟਾਈਮ ਇੱਥੇ। 16 ਲੀਟਰ ਡਿਮਾਂਡ ਇਹਦੀ। ਡਿਮਾਂਡ ਜੀ ਇਹਦਾ 2,80,000। ਪਿਆਰ ਮੁਹੱਬਤ ਥੋੜਾ ਦੇ। ਅੱਛਾ, ਮੈਨੂੰ ਗਾਂ ਇੱਕ ਚਵਾ ਦੇ, ਕਿਹੜੀ ਚਵਾਣ ਹੈ? ਆਹ ਚਵਾ ਜਰਸੀ। ਚਲੋ ਇਹ ਚਵਾ, ਆਹ ਇਹ ਚਵਾ। ਇਹਦੇ ਦੁੱਧ ਕਿੰਨਾ ਦੱਸਿਆ ਜੀ? 23 ਲੀਟਰ ਦੁੱਧ ਹੈ ਜੀ ਇਸ ਟਾਈਮ। ਚਲ ਚਵਾ, ਮੇਜਰ ਹੈਗਾ? ਚਲ ਚਵਾ, ਅੱਜ ਮੇਜਰ ਤੇ ਮਿਲ ਗਿਆ। ਇੱਕ ਗਾਂ ਦੀ ਚਵਾਈ ਵੀ ਲਾਈਫ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ। ਕਿਸੇ ਦੋਸਤ ਵੀਰ ਨੂੰ 2 ਟਾਈਮ ਚਵਾਈ ਚਾਹੀਦੀ ਹੋਵੇ, 2 ਟਾਈਮ ਫਾਈਨਲ ਕਰ ਲੈਂਦਾ ਤੇ ਇਨਸ਼ਾਅੱਲਾ 2 ਟਾਈਮ ਚਵਾਈ ਕਰਾਵਾਂਗੇ। ਹੁਣ ਟਾਈਮ ਹੋ ਗਿਆ, ਟਾਈਮ ਕੀ ਹੋ ਗਿਆ? 6 ਵੱਜ ਗਿਆ ਜੀ। ਕੋਈ ਦੋਸਤ ਇਹਦੀ ਸੁਬਾਹ ਦੀ ਚਵਾਈ ਮੰਗੇ, ਸੁਬਾਹ ਦੀ ਚਵਾਈ ਵੀ ਬਿਆਨਾ ਕਰਵਾ ਲਵੇ, ਸੁਬਾਹ ਦੀ ਚਵਾਈ ਕਰਵਾ ਦਿਆਂਗਾ ਮੈਂ, ਕਿਉਂਕਿ 2 ਚਵਾਈਆਂ ਮੰਗੇ, 3 ਚਵਾਈਆਂ ਮੰਗੇ, ਇਨਸ਼ਾਅੱਲਾ ਕਰਵਾ ਦਿਆਂਗੇ।
ਤਿੰਨ ਟਾਈਮ ਵਿੱਚ ਆ ਦਿਆਂਗੇ ਜੀ। ਮਾਲਕ ਦਾ ਕਹਿਣਾ ਤਿੰਨ ਟਾਈਮ ਵਿੱਚ ਹੋ ਸਕਦਾ ਕੋਈ 22 ਲੀਟਰ ਦੁੱਧ 23 ਲੀਟਰ ਦੁੱਧ 23 ਲੀਟਰ ਦੁੱਧ ਹੋ ਜਾਂਦੇ ਥੱਲੇ। ਜਰਸੀ ਸਾਹੀਵਾਲ ਕਲਾਸ ਹੈ ਜੀ। ਇਨਸ਼ਾਅੱਲਾ ਤੁਹਾਡਾ ਵੀਰ ਅੱਛੇ ਕੰਮ ਔਰ ਖੂਬਸੂਰਤ ਕੰਮ ਕਰਦੇ ਦਿਖਾ ਰਿਹਾ, ਲੈਣੇ ਦੇਣੇ ਮੁਕੱਦਰ, ਕੰਮ ਇਨਸ਼ਾਅੱਲਾ ਅੱਛੇ ਔਰ ਖੂਬਸੂਰਤ ਹੋਣਗੇ। ਵੈਰ ਮੈਂ ਆਪਣੀ ਮਰਜ਼ੀ ਨਾਲ ਚਵਾ ਰਿਹਾ, ਕਿੰਨਾ ਚਾਹੋ ਜੋ ਆਪਣੀ ਮਰਜ਼ੀ ਨਾਲ ਵੈਰ ਚਵਾ ਰਿਹਾ। ਕੋਈ ਦੋਸਤ ਕਿਸੇ ਵੀ ਵੈਰ ਦਾ ਬਿਆਨਾ ਕਰਾ ਲਵੇ, ਤਿੰਨ ਟਾਈਮ ਚਵਾ ਸਕਦਾ, ਆਵੇ ਜੀ ਬਿਸਮਿਲਾ ਮੇਰੇ ਕੋਲ, ਆਵੇ ਰਾਸ਼ ਮਿਲੇਗੀ, ਖਾਣਾ ਮਿਲੇਗਾ, ਆਪਣੀ ਤਸੱਲੀ ਦੇ ਘਰ ਤੇ ਚੋ ਕੇ ਲਿਜਾ ਸਕਦਾ। ਇਹਦੇ ਮਗਰ ਬੱਚੀ ਹੈ ਨਾ? ਹਾਂ ਬੱਚੀ। ਕਿੰਨਾ ਦੁੱਧ ਦੱਸਿਆ, ਇਨਸ਼ਾਅੱਲਾ ਦੁੱਧ ਪੂਰਾ ਦੋਸਤਾਂ ਨੂੰ ਕਰਾ ਕੇ ਦਿਆਂਗੇ। ਕਿਸੇ ਵੀ ਦੋਸਤ ਨੂੰ ਪਸੰਦ ਆਉਂਦੀ ਰਾਬਤਾ ਕਰ ਸਕਦਾ। ਸਮਾਂ ਵੇਖੋ ਮਾਸ਼ਾਅੱਲਾ ਚੰਗਾ ਥਣ ਲੱਗਿਆ ਖੂਬਸੂਰਤ, ਲਿਆ ਮੈਨੂੰ ਚੈੱਕ ਕਰਨ ਦੇ ਥਣ ਧੋਣ ਦੇ ਥਣ ਧੋ ਦਾ ਜਰਸੀ ਸਾਹੀਵਾਲ ਚੁਕਰਾ ਸੇ। ਕਿਸੇ ਵੀ ਦੋਸਤ ਨੂੰ ਪਸੰਦ ਆਉਂਦੀਆਂ ਨੇ ਰਾਬਤਾ ਕਰ ਸਕਦਾ। ਫੋਨ ਨੰਬਰ 0344-9680-6076 ਵਟਸਐਪ ਮੀਮੋ ਮੈਸੇਂਜਰ ਬਣਿਆ ਹੋਇਆ। ਆ ਫੜ ਖਾਂ ਮੈਂ ਚੈੱਕ ਕਰਾਂ, ਗਿੱਲੇ ਹੱਥ ਨਾ ਲਾਏ ਨਹੀਂ ਗਿੱਲੇ। ਸਾਰਾ ਬਾਈ ਬੱਚੇ ਛੱਡਦੇ ਬਾਈ ਅੱਜ ਪਤਾ ਲੱਗ ਜਾਂਦਾ, ਕਿਉਂਕਿ ਅਚਾਨਕ ਮੈਂ ਚਵਾਈ ਕਰਾ ਰਿਹਾ ਆਪਣੀ ਮਰਜ਼ੀ ਨਾਲ ਗਾਂ ਵਿੱਚੋਂ ਕੱਢੀ ਜੀ ਦੋਸਤੋ। ਇਹ ਨਹੀਂ ਮਾਲਕ ਦੀ ਮਰਜ਼ੀ ਨਾਲ ਚਵਾਈ ਹੋਵੇ, ਆਪਣੀ ਮਰਜ਼ੀ ਨਾਲ ਮੈਂ ਗਾਂ ਦੀ ਚਵਾਈ ਕਰਾ ਰਿਹਾ। ਵੀਹ ਲੀਟਰ ਵੀ ਦੁੱਧ ਹੋਵੇ, ਬੜਾ ਦੁੱਧ ਹੁੰਦਾ ਮਾਸ਼ਾਅੱਲਾ ਜੀ। ਵੇਖੀ ਮੱਛਰ ਹੀ ਬੜਾ ਯਾਰ। ਯਾ ਅੱਲਾ ਖੈਰ, ਬੱਦਲ ਫਿਰ ਹੋਏ ਹਲੇ ਨਾਲ। ਮੈਂ ਯਾਰ ਲੈ ਆ ਉਰਾ ਯਾਰ, ਮੇਜਰ ਰੱਖਿਆ ਹੈ ਇਹਨਾਂ ਹੈ, ਮੇਜਰ ਰੱਖਿਆ ਹੈ, ਨਹੀਂ ਗੜਵੀ ਮਾਰ ਲਾ ਦੇ ਕੇ ਗੜਵੀ ਝੱਗ ਘੰਡਾ ਨਹੀਂ ਮਰਨੀ।
ਠੰਡਾ ਦੁੱਧ ਕਰਨ ਮਹੀਨਾ ਮੈਂ ਯਾਰ ਠੰਡਾ ਹੀ ਕਰ ਲਾ ਦੇ ਭਾਂਡਾ ਵਿਖਾ ਦੇ, ਭਾਂਡਾ ਵਿਖਾ ਦੇ, ਚੱਲ ਦੋਸਤੋ ਸਾਰਿਆਂ ਦੀ ਚੁਆਈ ਮੈਂ ਇਸ ਗੱਲੋਂ ਨਹੀਂ ਕਰਾਈ, ਵੀਡੀਓ ਬੜੀ ਲੰਮੀ ਹੋ ਜਾਣੀ ਹੈ, ਮੈਂ ਇੱਕ ਦੀ ਸਿਰਫ ਚੁਆਈ ਕਰਾ ਰਿਹਾ ਦੋਸਤੋ। ਮੱਖੀਆਂ ਹੈ ਬਹੁਤ। ਬੱਚੇ ਛੱਡਣਾ ਬੱਚੇ ਨੀ ਛੱਡਣਾ ਜੀ। ਅੱਛਾ ਵਾਹ ਵਾਹ, ਛੱਡ ਦੇ ਕਿਲੋ ਦੋ, ਕਿਲੋ ਡੇਢ ਛੱਡ ਦੇ। ਬਸ ਕਰ ਯਾਰ, ਮਾਸ਼ਾਅੱਲਾ ਜੀ, ਕਿਲੋ ਡੇਢ ਮੱਛੀ ਨੂੰ ਵੀ ਛੱਡ ਦਿੱਤਾ, ਇੱਥੇ ਲੱਕ ਮੱਛੀ ਨੂੰ ਛੱਡ, ਮੱਛੀ ਨੂੰ ਛੱਡ, ਮੱਛੀ ਨੂੰ ਵੇਖੋ ਮਾਸ਼ਾਅੱਲਾ ਜੀ, ਦੁੱਧ ਕਾਫੀ ਖੜਾ, ਦੇਖ ਲਓ ਦੋਸਤੋ, ਇਹਨੂੰ ਦੁੱਧ ਮੱਛੀ ਨੂੰ ਛੱਡਿਆ, ਮੱਛੀ ਨੂੰ ਮਾਸ਼ਾਅੱਲਾ ਛੱਡਿਆ।
ਚੱਲ ਚੱਲ ਵੀਡੀਓ ਲੰਮੀ ਹੋਣੀ ਹੈ, ਬੱਚੇ ਨੂੰ ਦੁੱਧ ਮਨਾ, ਮਿੰਟ ਮਾ ਦੁੱਧ ਮਨਾ, ਠੰਡਾ ਕਰ ਇਹਨੂੰ ਕਿਵੇਂ ਕਰਨਾ, ਸਾਂਕ ਜੋਂਗੀ ਠੰਡਾ ਕਰ ਕਿਵੇਂ ਕਰਨਾ, ਅਜੇ ਤੇ ਹੁਣ ਤਾਂ ਬਣ ਕੇ ਆਇਆ ਨਾ, ਨੁੱਚੜ ਗਈ ਵੇਖ ਲਓ ਦੋਸਤੋ ਗਾਂ, ਹਾਂਜੀ ਮਾਰੋ ਝੱਗ ਕਿਵੇਂ ਮਾਰਨੀ ਹੈ, ਕੇਨ ਚ ਮੱਪਾ ਮਰ ਜਾਵੇ, ਕੈਨ ਫੜ ਲੈਣਾ ਤੁਸੀਂ ਕੀ ਫਿਰ ਪਰਾਂ ਜਾਓ ਲਾ ਲਾ ਇਹਨੇ ਝੱਗ ਮਰ ਜਾਣੀ ਬਿਲਕੁਲ, ਅੱਛਾ ਚੱਲ ਹਾਂ ਪਰ ਯਾਰ ਤੂੰ ਚੱਲ ਕੈਸਰ ਵੇਖ ਝੱਗ ਮਾਰ ਗਈ, ਕੈਸਰ ਚੈੱਕ ਕਰ ਮਰ ਗਈ, ਹੈ ਮਰ ਗਈ, ਚੱਲ ਮੈਨੂੰ ਬਾਲਟੀ ਪਾ ਲੈ ਇੱਕ ਵਾਰ, ਅੱਛਾ ਦੋਸਤੋ ਵੇਖ ਲਓ ਤੁਹਾਨੂੰ ਚੈੱਕ ਕਰਾ ਲਓ, ਝੱਗ ਬਿਲਕੁਲ ਖਤਮ ਹੋ ਗਈ, ਹਾਂਜੀ ਕਰੀ ਸ਼ੁਰੂ, ਹਾਂ ਕਰ ਸ਼ੁਰੂ, ਬਿਸਮਿਲ੍ਲਾ ਦੀ ਬਰਕਤ ਜੀ, ਵੇਖ ਲਓ ਦੋਸਤੋ ਕੋਈ ਝੱਗ ਨਹੀਂ ਜੇ ਵੇਖ ਲਓ ਜੀ, ਬਿਲਕੁਲ ਖਤਮ ਹੋ ਗਈ, ਤਿੰਨ ਵੰਡ ਬਣਾ ਲਓ, ਇੱਕ ਇੱਕ ਦਾ ਆਉਣਾ ਹੀ ਨੀਗਾ, ਸੱਤ ਜੀ ਪਾਉਣੇ
9 ਜੀ। ਬਸ 10 ਜੀ। ਯਾਰਾਂ ਹੀ ਸਾਢੇ ਯਾਰਾਂ ਜ਼ਿਆਦਾ ਜੀ, ਸਾਢੇ ਯਾਰਾਂ ਕਿਲੋ ਮੱਛੀ, ਕਿਲੋ ਮੱਛੀ ਨੂੰ ਕਿੰਨਾ ਹੋ ਗਿਆ? ਸਾਢੇ ਯਾਰਾਂ, ਸਾਢੇ ਬਾਰਾਂ, ਸਾਢੇ ਬਾਰਾਂ, ਸਾਢੇ ਬਾਰਾਂ, ਸਾਢੇ ਬਾਰਾਂ, 23 ਲੀਟਰ। ਹਾਂਜੀ ਦੋਸਤੋ, ਵੀਰੋ ਕਿਸੇ ਨੂੰ ਪਸੰਦ ਆ ਰਹੀ ਰਾਬਤਾ ਕਰ ਸਕਦਾ, ਜਲਦ ਮਿਲਣੇ ਅੱਛੀ ਵੀਡੀਓ ਨਾਲ। ਪਾਕਿਸਤਾਨ ਜ਼ਿੰਦਾਬਾਦ।